ਕੌਣ ਸਰ ਸਾਹਿਬ? ਬਿਸਮਿਲ੍ਲਾਹਿਰ-ਰਹਿਮਾਨ-ਰਹੀਮ। ਜਨਾਬ ਸਤਿ ਸ਼੍ਰੀ ਅਕਾਲ ਸਾਹਿਬ, ਤੁਹਾਨੂੰ ਸ਼ੁਕਰੀਆ ਕਿ ਤੁਸੀਂ ਇੱਥੇ ਤਸ਼ਰੀਫ ਲਾਏ ਹੋ। ਅੱਜ ਅਸਾਂ ਸਾਰੇ ਹਰਿਆਣੇ ਅਮੀਦਾਬਾਦ ਇੱਥੇ ਇਕੱਠੇ ਹੋਏ ਹਾਂ। ਪਬਲਿਕ ਹੈਲਥ ਦਾ ਇੱਕ ਇਸ਼ੂ ਹੈ ਕਿ ਪਬਲਿਕ ਹੈਲਥ ਵਾਲੇ ਇੱਕ ਜ਼ਿਆਦੀ ਕਰੀ ਰਹੇ ਸਨ ਕਿ ਮੇਨ ਪੰਪਿੰਗ ਲਾਈਨ ਜਿਹੜੀ ਅਮੀਦਾਬਾਦ ਕਾਲੋਨੀ ਤੋਂ ਗੁਜ਼ਰੀ ਰਹੀ ਹੈ, ਇਸ ਕੀ ਜਿਹੜਾ ਵਾ ਉਹ ਕਰੀ ਰਹੇ ਸਨ ਦੂਏ ਇਲਾਕੇ ਵਾਸਤੇ ਖੰਡੇ ਸੇ ਲੱਗੇ ਹੋਏ। ਔਰ ਜਿਹੜਾ ਵੈਨ ਉਸਦੇ ਖਿਲਾਫ ਅਸਾਂ ਜਿਹੜਾ ਵਾ ਉਹ ਭਰਪੂਰ ਇਤਜਾਜ ਵਾਸਤੇ ਅੱਜ ਸਾਰੇ ਜਿਤਨੇ ਵੀ ਸੰਗੀ ਦੋਸਤ ਹਨ ਹਰਿਆਣੇ ਅਮੀਦਾਬਾਦ, ਉਹ ਸਾਰੇ ਇਕੱਠੇ ਹੋਏ ਹਨ। ਔਰ ਅਸਾਂ ਮਹਿਕਮਾ ਪਬਲਿਕ ਹੈਲਥ ਕੀ ਬਾਵਰ ਕਰਾਉਣੇ ਹਾਂ ਕਿ ਉਹ ਇਹਨਾਂ ਸ਼ੈਤਾਨੀਆਂ ਤੋਂ ਬਾਅਦ ਅੱਛਾ, ਇਸ ਤੋਂ ਪਹਿਲੇ ਵੀ ਇਹ ਸ਼ੈਤਾਨੀਆਂ ਹੋ ਚੁੱਕੀਆਂ ਹਨ। ਅੱਜ ਤੋਂ ਕੋਈ 6 ਮਹੀਨੇ ਪਹਿਲੇ ਵੀ ਇਹਨਾਂ ਜਿਹੜਾ ਨਾ ਵਾਟਰ ਟੈਂਕਰ ਤੋਂ ਜਿਹੜਾ ਨਾ ਕੋਸ਼ਿਸ਼ ਕੀਤੀ ਸੀ ਕਿ ਇਹ ਇੱਥੋਂ ਕਨੈਕਸ਼ਨ ਜਿਹੜਾ ਵਾ ਕਿਸੇ ਹੋਰ ਜਗ੍ਹਾ ਪਰ ਖੜਨਾ ਚਾਹੁੰਦੇ ਸਨ, ਜਿਸ ਕਿ ਉਸ ਵਕਤ ਜਿਹੜਾ ਨਾ ਹਰਿਆਣੇ ਅਮੀਦਾਬਾਦ ਆਪਣੀ ਕਾਵਿਸ਼ਾਂ ਨਾਲ ਰੋਕੀ ਛੁੜਿਆ ਸੀ। ਅੱਜ ਦੁਬਾਰਾ ਜਿਹੜਾ ਵਾ ਇਸ ਇਸ਼ੂ ਕੀ ਦੁਬਾਰਾ ਉਠਾਇਆ ਜਾ ਰਿਹਾ। ਔਰ ਅਸਾਂ ਮਹਿਕਮਾ ਪਬਲਿਕ ਹੈਲਥ ਕੀ ਇਸ ਚੀਜ਼ ਦਾ ਬਾਵਰ ਕਰਾਉਣੇ ਆ ਕਿ ਉਹ ਇਸ ਚੀਜ਼ ਤੋਂ ਬਾਅਦ ਆਈ ਜਾਣ ਔਰ ਅਮੀਦਾਬਾਦ ਅਮਲਟ ਦੀ ਜਿਹੜੀ ਮੇਨ ਪੰਪਿੰਗ ਲਾਈਨ ਹੈ, ਇਸ ਤੋਂ ਅਸਾਂ ਕਨੈਕਸ਼ਨ ਜਿਹੜਾ ਵਾ ਇਹਨਾਂ ਦੀ ਕਿਸੇ ਦੂਏ ਇਲਾਕੇ ਖੜਨੇ ਦੀ ਇਜਾਜ਼ਤ ਕਿਸੇ ਸੂਰਤ ਵਿੱਚ ਨਾ ਦੇ ਲੈ। ਜੀ ਜਨਾਬ, ਕਿਹੋ ਬੰਦਾ ਆਪਣਾ ਮਕਫ ਕਿ ਪੰਪਿੰਗ ਲਾਈਨਾਂ ਨੂੰ ਕਨੈਕਸ਼ਨ ਲੱਗਣਾ ਪਿਆ ਆਪਣੀ ਟੈਂਕੀ ਸਤਾ, ਅਸਾਂ ਪਹਿਲੇ ਵੀ ਮਹਿਕਮੇ ਗੱਲ ਕੀਤੀ ਸੀ, ਐਸ ਡੀ ਓ ਸਾਹਿਬ ਦੇ ਐਕਸੀ ਸਾਹਿਬ ਨਾਲ ਮੁਲਾਕਾਤ ਵੀ ਹੋਈ ਸੀ, ਤਾਂ ਉਹਨਾਂ ਇਹ ਗੱਲ ਆਖੀ ਸੀ ਕਿ ਇਹ ਲੈਣਾ ਸੀ ਤਾਂ ਬਾਰੇ ਅਪਰੂ ਸੇ ਪਾਣੀ ਦੇ ਸਾਂ। ਅਸਾਂ ਇਹ ਗੱਲ ਕੀਤੀ ਸੀ ਕਿ ਅਸੀਂ ਅਪਰੂ ਪਾਣੀ ਨਹੀਂ ਚਾਹੀਦਾ, ਜਿਹੜਾ ਸਲਾ ਪਾਣੀ ਹੈ ਉਸਦੀ ਬਹਾਲ ਕਰੋ ਅਤੇ ਬਿਹਤਰ ਕਰੋ। ਹਾਲੇ ਕਾਲੋਨੀ 'ਚ ਪਹਿਲੇ ਮਸਲਾ ਕਿ ਪਹਿਲੇ ਕਾਲੋਨੀ 'ਚ ਪਾਣੀ ਪੂਰਾ ਘੋਲ ਹੋਣਾ ਪਿਆ, ਆਹ ਜਿਹੜੀ ਪਾਣੀ ਦੀ ਕਮੀ ਹੈ। ਅਤੇ ਉਸ ਤੋਂ ਬਾਅਦ ਇਹ ਮਹਿਕਮੇ ਨਾਲ ਹੁਣ ਮਹਿਕਮਾ ਇਹ ਗੱਲ ਬਣਾ ਪਿਆ ਵਕਤੀ ਤੌਰ 'ਤੇ ਪਹਿਲੀ ਪਾਈ ਇਹ ਗੱਲ ਪਾਈ ਗਈ ਕਿ ਅਸਾਂ ਅਪਰੂ ਸਪਲਾਈ ਲਾਈਨ ਬਣ ਗਏ, ਹਾਲਾਂਕਿ ਸਪਲਾਈ ਲਾਈਨ ਤਾਂ ਪਈ ਵੀ ਹੈ, ਪਲਾਸਟਿਕ ਸਪਲਾਈ ਲਾਈਨ ਜਿਸ ਨਾਲ ਸਬੂਤ ਹੈ ਕਿ ਪਾਣੀ ਲੀਕ ਹੋਣਾ ਪਿਆ ਆਪਣੀ ਟੈਂਕੀ 'ਚੋਂ ਆ ਰਿਹਾ। ਲਿਹਾਜ਼ਾ ਅਸੀਂ ਗੁਜ਼ਾਰਿਸ਼ ਕਰ ਸਕਦਾ ਰਾਜੇ ਨਾਲ ਗੱਲਾਂ ਨੂੰ ਤਾਇਦ ਕਰਨੇ ਹਾਂ, ਪੂਰੀ ਗੱਲ ਨੂੰ ਲੈ ਮੌਕਫ ਹੈ ਕਿ ਕਾਲੋਨੀ ਦੀ ਪੰਪਿੰਗ ਲਾਈਨ ਨੂੰ ਕਿਸੇ ਹੋਰ ਇਲਾਕੇ 'ਚ ਹੈ, ਮਿਹਰਬਾਨੀ ਕਰਦਾ ਪਾਣੀ ਨਾ ਖੜੋ। ਸਾਡੇ ਭਰਾ ਸਾਰੇ ਬਗੌਰ ਲਿਆਉਣ, ਚਾਹੇ ਮੁਹੰਮਦਾਬਾਦ ਲਿਆਉਣ, ਜਿਹੜੇ ਵੀ ਇਲਾਕੇ ਲੋਕ ਸਾਡੇ ਭਰਾ, ਅਸਾਂ ਚਾਹੁੰਦੇ ਹਾਂ ਕਿ ਨਹੀਂ ਪਾਣੀ ਲੱਭਿਆ, ਲੇਕਿਨ ਉਸ ਦਾ ਮਹਿਕਮਾ ਇਕੱਲਾ ਦਾ ਲੈਣ ਪਏ, ਇਹਨਾਂ ਦਾ ਸੋਰਸ ਇਸਤੇਮਾਲ ਕਰਿਆ ਪਾਣੀਆਂ ਨਾਲ। ਮਿਹਰਬਾਨੀ ਕਰੀ ਤਾਂ ਕਾਲੋਨੀ ਨੇ ਪਾਣੀ ਕਿੰਨਾ ਛੇੜਿਆ। ਵੈਸੇ ਕਿਤੇ ਦਿਨਾਂ ਬਾਅਦ ਪਾਣੀ ਲੱਭਣਾ ਹੈ? ਵੈਸੇ 2 ਦਿਨ ਬਾਅਦ ਜਾਂ 3 ਦਿਨ ਬਾਅਦ, 4 ਦਿਨ ਬਾਅਦ, ਕੋਈ ਟਾਈਮ ਲਾਈਨ ਨਹੀਂ। ਜਿਲ੍ਹਾ ਦਿਲ ਕਰਨ ਪਾਣੀ ਖੋਲ੍ਹਣ, ਬਲਕਿ ਕਈ ਦਫ਼ਾ ਫੋਨ ਕਰੀ ਕਰਦਾ ਆਉਣਾ ਪੈਣਾ, ਕਾਲੀ ਮਾੜੀ ਖੁੱਲ੍ਹਾ ਬੰਦ ਵੀ ਨਹੀਂ ਹੋਣਾ। ਕਾਲੀ ਮਾੜੀ ਸਰ ਦੋਸਤਾ ਹੈ ਕਿ ਘਰ ਪਾਣੀ ਕੋਈ ਨਹੀਂ, ਮੈਂ ਉਹ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ, ਰਾਜੀ ਕਿਸੇ ਬੰਦੇ ਨਾਲ ਰਾਬਤਾ ਨਹੀਂ ਹੋਇਆ। ਅੱਜ ਦੁਬਾਰਾ ਰਾਬਤਾ ਕੀਤਾ, ਹਾਲੇ ਨਹੀਂ ਰਾਬਤਾ ਕਿਸੇ ਬੰਦੇ ਨਾਲ ਨਹੀਂ ਹੋਇਆ, ਮੁਤਲਕਾ ਬੰਦਾ ਘਰ ਪਾਣੀ ਖੋਲ੍ਹਣਾ ਕਾਲੋਨੀ 1 ਘੰਟਾ 40-45 ਮਿੰਟ ਪਾਣੀ ਖੋਲ੍ਹਣ, ਗਰਮੀ ਦੇ ਮੌਸਮ ਵਿੱਚ ਉਹ ਵੀ ਇਤਨਾ ਥੋੜ੍ਹਾ ਪਾਣੀ ਦੇ ਲੈਣ ਕਿ ਪੂਰੀ ਦਿਹਾੜੀ ਨਹੀਂ ਖੋਲ੍ਹਣਾ। ਸਹੀ ਗੱਲ ਹੈ। ਮੁਲਾਜ਼ਮ ਸੀ ਸੁਪਰਵਾਈਜ਼ਰ ਸਾਹਿਬ, ਮੈਂ ਜੀ ਕੁਛ ਸੁਣਿਆ ਕੋਈ ਇਸ਼ੂ ਹੈ, ਉਹਨਾਂ ਠੋਕੀ ਦਾ ਜੀ ਮਾੜੇ ਇਲਮ 'ਚ ਨਹੀਂ, ਠੀਕ ਹੈ, ਅਗਰ ਮਹਿਕਮੇ ਇਲਮ 'ਚ ਵੀ ਨਹੀਂ ਤਾਂ ਠੇਕੇਦਾਰ ਸਾਹਿਬ ਨੂੰ ਬੁਲਾਇਆ, ਉਹਨਾਂ ਨੇ ਥੋੜ੍ਹੀ ਬਹੁਤੀ ਸਾਰੀ ਗੁਫ਼ਤਗੂ ਹੋਈ ਹੈ। ਮਾੜਾ ਆਪਣਾ ਇੱਕ ਵਿਊ ਪੁਆਇੰਟ ਹੈ ਕਿ ਭਾਅ ਜੀ ਜਿਸ ਏਰੀਏ ਕੰਮ ਕਰੀ ਰਹੇ ਹੋ ਉਸ ਆਬਾਦੀ ਨੇ ਬੰਦਿਆ ਕਿ ਤੁਸੀਂ ਇਸਤੇਮਾਲ 'ਚ ਲਵੋ, ਮੇਰੇ ਖਸੂਸ ਕੌਣ ਸਾ ਜ਼ਰਾਤ ਹੈ ਜਿਹੜੇ ਹੋਣਗੇ, ਜਿਸ ਨਾਲ ਵੀ ਹੈ ਆਬਾਦੀ ਕੌਂਸਲ ਵੀ ਆ ਜਾਣ, ਆਬਾਦੀ ਨਾਲ ਇਤਮਾਦ 'ਚ ਅੱਛਣ, ਇਤਮਾਦ ਕਹਿਣੇ ਅਗਲਾ ਕੰਮ ਸ਼ੁਰੂ ਕਰੋ। ਮਹਿਕਮਾ ਘਰ ਸੁੱਤੇ ਆ, ਇਸ ਤਰ੍ਹਾਂ ਸਭ ਭਾਜੀ ਦਿਹਾੜੀ ਤੜਫੋ ਤੜਫ ਲੱਗੇ ਆ ਇੱਥੇ, ਜਿਸ ਨੂੰ ਪੁੱਛ ਰਹੇ ਹਾਂ ਲਾਲੀਪਾਪ ਜਾਲੀ ਸਕੀਮਾਂ ਨਾ ਸਾ ਮੰਨਣੇ ਆ ਤੇ ਨਾ ਕਰਨ ਦੇਣੇ ਆ, ਆਬਾਦੀ 'ਚ ਭਾਜੀ
ਚੰਦਨ ਕਰ ਪਾਣੀ ਜਾਣਾ, ਚੰਦਨ ਕਰ ਪਾਉਂਦਾ ਬੰਦੇ ਦੇ ਪਾਣੀ ਕੋਲ ਜੀ, ਤਾਂ ਲੋਕ ਟੈਂਕੀ ਪਵਾਉਣੇ ਸਹੀ ਗੱਲ ਹੈ ਪਵਾਉਣੇ ਨਾ ਜੀ, ਅੰਨਾ ਤਾਂ ਕੋਈ ਵੀ ਨਹੀਂ, ਅੰਨਾ ਤਾਂ ਕੋਈ ਵੀ ਨਹੀਂ, ਮੌਕੇ ਤੋਂ ਕੋਈ ਪਾਣੀ ਹਰ ਟੈਂਕੀਆਂ ਭਰ ਰਹੀਆਂ, ਕੋਈ ਜਾਣਾ ਹੀ ਹੈ ਨਾ, ਤਾਂ ਇਸ ਵਜ੍ਹਾ ਤੋਂ ਪਲੀਜ਼ ਮਹਿਕਮੇ ਕੀ ਬਾਵਰ ਕਰਾਉਣੇ ਆ। ਅੱਜ ਅਸਾਂ ਨਿੱਕੀ ਸ਼ਾਰਟ ਕਾਲ ਵੀ ਸਾਰੇ ਦੋਸਤ ਇਕੱਠੇ ਹੋਏ ਹਾਂ, ਅਸਾਂ ਆਪਣੇ ਅਲਮਟਰੀ ਬੜੀ ਬਲਾਸਾ ਮੀਟਿੰਗ ਵੀ ਉਸ ਨੰਬਰੀ ਸਵਾਲ ਉਠਾ ਸਾਂ, ਤਰਾਸ ਉਠਾ ਸਾਂ, ਤਾਂ ਮਹਿਕਮਾ ਵੀ ਹੌਸਲੇ ਨਾਲ ਹਨ ਕਿ ਨਾ ਜਾਰੀ ਸਕੀਮਾਂ ਵੱਲ ਨਾ ਚੱਲੇ, ਤਾਂ ਮਿਹਰਬਾਨੀ ਸ਼ੁਕਰੀਆ। ਜੀ ਜਨਾਬ, ਤੁਹਾਨੂੰ ਕਿਆ ਮੌਕਫ ਹੈ? ਨਾਲਾ ਮੌਕਫ ਇਹ ਹੈ ਕਿ ਜਿਹੜੀ ਅਮੀਦਾਬਾਦ ਕਾਲੋਨੀ ਪੰਪਿੰਗ ਲਾਈਨ ਹੈ ਜੀ, ਇਸ ਨੇ ਨਾਲ ਅਸਾਂ ਬਿਲਕੁਲ ਟੋਟਲੀ ਕੋਈ ਵੀ ਲਾਈਨ ਕਿਸੇ ਇਲਾਕੇ ਵਾਸਤੇ ਅਸਾਂ ਅਟੈਚ ਨਾ ਹੋ ਦੇਣੀ ਸੀ। ਵਜ੍ਹਾ ਕਿ ਅਸਾਂ ਅਮੀਦਾਬਾਦ ਕਾਲੋਨੀ ਨੇ ਪਹਿਲੇ ਪਾਣੀਆਂ ਤੋਂ ਤਰਸਣੇ ਪਏ, ਸਹੀ ਭਾਈ, ਬੂੰਦ ਬੂੰਦ ਨਹੀਂ ਲੱਭਣ ਲੱਗੀ ਪਈ, ਤਾਂ ਅਸਾਂ ਫਿਰ ਬਾਹਰ ਵੰਡਣਾ ਸ਼ੁਰੂ ਕਰੀ ਦਿਆਂ। ਅਸਾਂ ਇਹ ਨਾ ਆਖਣੇ ਕਿ ਬਾਕੀ ਕਿ ਪਾਣੀ ਨਾ ਲੱਭੇ, ਬਾਕੀ ਵੀ ਸਾਡੇ ਭੈਣਾਂ ਭਰਾ ਨੇ ਉਹਨਾਂ ਕੀ ਪਾਣੀ ਦਿਓ, ਮਗਰ ਜਾ ਤਰੀਕਾਕਾਰ ਹੈ ਉਸ ਨਾਲ ਮਾਕੂਲ ਤਰੀਕਾ ਬਣਾ ਕੇ ਜਾ, ਉਸੀ ਜਾਣਾ ਅੱਛੇ ਤਰੀਕੇ ਨਾਲ ਜਾ, ਜਿਹੜੇ ਡਾਇਰੈਕਟ ਹੈ ਨੇ ਜਨਾ ਲਾਈਨਾਂ ਉਹਨਾਂ 'ਚ ਜ਼ਿਆਦਾ ਉਹ ਦਿਓ ਜਾ। ਇਹ ਅਮੀਦਾਬਾਦ ਕਾਲੋਨੀ ਨੇ ਪਹਿਲੇ ਪਾਣੀ ਪੂਣੀ ਪੂਰਾ ਹੋਣਾ, 13-14 ਘੰਟਿਆਂ ਵਿੱਚ ਟੈਂਕੀ ਭਰਨ ਹੋਣੀ ਹੈ, ਤਾਂ ਉਹ ਅਸਾਂ ਕਿੰਨੀ ਅੱਗੇ ਲੱਭਣ ਲੱਗਿਆ ਜੇ ਛਿਆਂ ਜਗ੍ਹਾ ਅਸਾਂ ਹੋਰ ਜਾ ਤੂੰ ਜਾ ਵੰਡਣਾ ਸ਼ੁਰੂ ਕਰੀ ਜਾਣਾ ਮਹਿਕਮਾ, ਮਹਿਕਮੇ 'ਚ ਚਾਹੀਦਾ ਕਿ ਜਾਣਾ ਕਮ ਅਜ਼ ਕਮ ਜਿਹੜਾ ਸਹੀ ਤਰੀਕਾਕਾਰ ਹੈ ਉਹ ਕਰਿਆ। ਅਸਾਂ ਇਹ ਨਾ ਆਖਣੇ ਕਿ ਜਾ ਮਹਿਕਮਾ ਜਨਾਬ ਲਾ ਬਈ ਸਾਰਾ ਦੁਸ਼ਮਣ ਹੈ ਜਾਂ ਕੋਈ ਨਹੀਂ ਰਹਿਣਾ, ਇਹ ਅਸਾਂ ਬਿਲਕੁਲ ਟੋਟਲੀ ਇਹ ਕੋਈ ਗੱਲ ਨਾ ਕਰਨਾ ਚਾਹੁੰਦੇ। ਅਸਾਂ ਇੱਕੇ ਹੀ ਮੁਤਾਲਬਾ ਆਇਆ ਕਿ ਜਾ ਅਮੀਦਾਬਾਦ ਕਾਲੋਨੀ ਨੇ ਪਹਿਲੇ ਪਾਣੀ ਸਹੀ ਪੂਰਾ ਕਰੋ, ਉਸ ਤੋਂ ਬਾਅਦ ਜਾਣ ਜਿਹੜਾ ਵੀ ਹੈ ਤੁਸੀਂ ਇੰਤਜ਼ਾਮ ਕਰ ਲਓ। ਜ਼ਕਲਾ ਥੈਂਕ ਯੂ ਜੀ ਭਾਈ। ਬਸ ਕੱਲ ਜਿਹੜਾ ਨਾ ਮੀਟਿੰਗ ਅਸਾਂ ਰੱਖੀ ਹੈ, ਕੱਲ ਇਤਵਾਰ ਹੈ, ਕੱਲ ਅਸਾਂ ਮੀਟਿੰਗ ਰੱਖੀ ਹੈ, ਤਾਂ ਪਰਸੋਂ ਅਸਾਂ ਸਾਰੇ ਬੰਦੇ ਜਿਤਨੇ ਆ ਅਮੀਦਾਬਾਦ ਕਾਲੋਨੀ ਨੇ ਸਾਰੇ ਅਸਾਂ SCN ਦੇ ਦਫ਼ਤਰ ਜੁੱਸਾਂ, ਔਰ ਅਸਾਂ ਉਹਨੇ ਆਪਣਾ ਇੰਤਜ਼ਾਰ ਰਿਕਾਰਡ ਕਰਾ ਸਾਂ ਕਿ ਸਾਡੇ ਨਾਲ ਜ਼ਿਆਦਾ ਨਾ ਕਰੋ ਮਹਿਕਮੇ ਵਾਲੇ, ਅਗਰ ਤੁਸੀਂ ਕਿਸੇ ਹੋਰ ਇਲਾਕੇ ਕੀ ਦੇਣਾ ਤਾਂ ਉਹਨਾਂ ਕੀ ਡਾਇਰੈਕਟ ਤੁਸੀਂ ਬੋਰ ਤੋਂ ਦਿਓ, ਅਸਾਂ ਨੂੰ ਕੋਈ ਇਤਰਾਜ਼ ਨਹੀਂ ਕਿਸੇ ਇਲਾਕੇ ਤੁਸੀਂ ਦੇ ਰਹੇ ਹੋ, ਅਗਰ ਤੁਸੀਂ ਦੇਣੇ ਹੋ ਤਾਂ ਡਾਇਰੈਕਟ ਉਹਨਾਂ ਨੇ ਬੋਰ ਤੋਂ ਦਿਓ, ਉਹਨਾਂ ਨੇ ਲੈਣਾ ਉਹ ਵੀ ਪਾਣੀ ਹੈ ਨਕਦਾਰ, ਉਹਨਾਂ ਵੀ ਪਾਣੀ ਲੱਭਣਾ ਚਾਹੀਦਾ, ਲੇਕਿਨ ਕਮ ਅਜ਼ ਕਮ ਸਾੜੀ ਕਮੀ ਦਾ ਬਾਅਦ ਕਾਲੋਨੀ ਨਹੀਂ ਦੇਣਾ ਨਾ ਤੁਸੀਂ ਤਬਾਈ ਪੱਟੋ, ਅੱਗੇ 8 ਘੰਟੇ ਮੋਟਰ ਚੱਲਣੀ ਆ ਤਾਂ ਪਾਣੀ ਨਹੀਂ ਪੂਰਾ ਹੋਣਾ, ਤੇ ਜੇ ਲੈ ਹੁਣ 16 ਘੰਟਿਆਂ 'ਚ ਵੀ ਨਹੀਂ ਪੂਰਾ ਹੋਣ ਲੱਗਾ ਤਾਂ ਦੱਸੋ ਮਸਲਾ ਤਾਂ ਸਾਡਾ ਫਿਰ ਉੱਥੇ ਟਿਕਾ ਰਿਹਾ ਨਾ। ਸਹੀ ਗੱਲ, ਰਿਕੁਐਸਟ ਕਰਨੇ ਆ ਸਾਰਿਆਂ ਦੋਸਤਾਂ ਕਾ, ਇਹ ਰਿਕੁਐਸਟ ਕਰਨੇ ਆ, ਕੱਲ੍ਹ ਇਤਵਾਰ ਹੈ, ਕੱਲ੍ਹ ਮੀਟਿੰਗ ਰੱਖੀ ਹੈ, ਅਸਾਂ ਸਾਰੇ ਬੰਦੇ ਉੱਥੇ ਸ਼ਾਮਿਲ ਹੋਵੋ, ਉਸ ਤੋਂ ਬਾਅਦ ਅਸਾਂ ਦਰਖਾਸਤ ਕਰੀ ਅਸਾਂ ਪਰਸੋਂ SCN ਦੇ ਦਫ਼ਤਰ ਜੁੜਨਾ, ਠੀਕ ਹੈ ਜੀ? ਬੜੀ ਮਿਹਰਬਾਨੀ, ਜ਼ਕਲਾ ਖੈਰ। ਤੇ ਪਾਣੀ ਦੇ ਜਾਣਾ ਪਿਆ, ਅਸਾਂ ਕੋਈ ਹੱਲ ਕਰਨਾ ਹੀ ਨਹੀਂ ਪਵੇ ਜੀ, ਤਾਂ ਉਲਟਾ ਇਹ ਪਿਆ ਹੋਰ ਚੀਜ਼ ਤਾਂ ਸੱਟ ਰਹੇ ਪਏ, ਪਤਾ ਨਹੀਂ ਕਿਹੜਾ ਮੁਨਸਿਬਾ ਨੇ ਚਲਾਇਆ। ਚਲੋ ਇਨਸ਼ਾਅੱਲਾ ਬਿਹਤਰ ਸੀ, ਲੀਕ ਸ਼ਿਕੋ ਨਹੀਂ ਸੀ, ਕੁਝ ਵੀ ਨਹੀਂ ਸੀ, ਪਿਆ ਖਰਾਬ ਦੀ ਚੀਜ਼ ਨਾ ਕੀਤਾ, ਇਹ ਮਸ਼ੀਨ ਲਾਈ ਨਾ ਖਰਾਬ ਕੀਤਾ, ਆਪ ਟੋੜਿਆ ਨੇ ਠੀਕ ਹੈ, ਅਲੀ ਸਾਹਿਬ ਰਾਏ ਸਨ ਕੋਈ ਮਸ਼ੀਨ ਲਾਈ ਹੈ ਟੋੜਿਆ ਨੇ, ਕੋਈ ਪੱਕੀ ਗੱਲ ਅਸੀਂ ਕੋਈ ਨਹੀਂ ਬਾਣੇ ਪਏ, ਕਿਆ ਕਰਨੇ ਨੇ ਕਹਿ ਲਈ, ਤਾਂ ਬਹਰ ਵਾਲਾ ਅਸਾਂ ਇੱਕਿਆ ਮੌਕਾ ਪੈਸਾ ਤੂੰ ਪਾਣੀ ਡਰੈਕਟ ਨਾ ਲਾਉਂਦੇ। ਜ਼ਕਲਾ, ਜਾਂ ਅਸਾਂ ਆਪਣੇ ਅਮੀਦਾਬਾਦ ਕਾਲੋਨੀ ਕੀ ਪਾਣੀ ਜ਼ਰੂਰਤ ਹੈ, ਪਾਣੀ ਲੱਭ ਸਕੇ ਅਮੀਦਾਬਾਦ ਕਾਲੋਨੀ ਕੀ ਜੀ, ਠੀਕ ਹੈ ਨਾ ਜੀ, ਸੁਣ ਕੇ ਮੌਕਾ ਠੀਕ ਹੈ ਜਨਾਬ, ਯਾਰ ਚਿਰ ਮਹਿਣਾ ਦੱਸ, ਜ਼ਕਲਾ ਖੈਰ, ਅੱਲਾ ਹਾਫਿਜ਼।